ਹੁਣ ਜੇ ਵਿੱਚ ਬੋਲਨੀ ਨਾ ਕਸੁੰਨ ਖਾ ਲੇਗੀ। ਹਾਂ ਪੁੱਤ, ਤੇਰਾ ਬਾਪੂ ਬਦਲ ਗਿਆ। ਹੈਗੇ ਨੇ ਉਹ, ਪਰ ਅਸੀਂ ਇਕੱਠੇ ਨਹੀਂ ਰਹਿੰਦੇ। ਮੈਨੂੰ ਮਾਫ ਕਰ ਦਿਓ, ਆਪਣੇ ਦੋਨਾਂ ਦਾ ਸਫ਼ਰ ਇੱਥੇ ਤੱਕ ਦਾ ਹੀ ਸੀ। ਕਿੱਧਰ ਚੱਲੀ ਆ? ਮੰਮੀ, ਮੈਂ ਮਿੰਦੋ ਕੋਲ ਚੱਲੀ ਆ ਰੋਟੀ ਪੁੱਛਣ। ਰੋਟੀ ਪੁੱਛਣ ਦਾ ਕੀ ਫਾਇਦਾ, ਉਹਨੇ ਪਹਿਲਾਂ ਵਾਲੀ ਤਾਂ ਖਾਧੀ ਨਹੀਂ। ਕੋਈ ਨਾ ਮੰਮੀ ਜੀ, ਮੈਂ ਖਿਲਾ ਦਿੰਦੀ ਹਾਂ, ਮੇਰਾ ਕਿਹਾ ਨਹੀਂ ਮੋੜਦੀ, ਦੇਖਿਓ ਤੁਸੀਂ ਮਿੰਟ 'ਚ ਖਾ ਲੈਣੀ ਹੈ। ਕਿਉਂ, ਉਹ ਜਵਾਕ ਆ ਜਿਹੜਾ ਤੂੰ ਉਹਨੂੰ ਜਾ ਕੇ ਰੋਟੀ ਖਵਾਏਂਗੀ, ਉਹਨੂੰ ਆਪ ਨੂੰ ਨਹੀਂ ਪਤਾ ਵੀ ਰੋਟੀ ਕਿਵੇਂ ਖਾਣੀ ਆ। ਨਾਲੇ ਤੂੰ ਹੁਣ ਉਹਦੇ ਤੋਂ ਦੂਰ ਰਿਹਾ ਕਰ। ਕਿਉਂ, ਮੈਂ ਕੀ ਕੀਤਾ, ਮੈਨੂੰ ਕਾਹਤੋਂ ਔਖੇ ਭਾਰੇ ਹੋ ਕੇ ਬੋਲਦੇ ਹੋ? ਨਾਲੇ ਮੈਂ ਪਹਿਲਾਂ ਹੀ ਦੱਸਦਾ, ਆਹ ਸਾਰੇ ਕਾਸੇ 'ਚ ਨਾ ਮੇਰਾ ਕੋਈ ਕਸੂਰ ਨਹੀਂ ਹੈ। ਤੇਰਾ ਕਸੂਰ ਨਹੀਂ, ਕਸੂਰ ਹੈ ਸਾਰਾ ਤੇਰਾ। ਤੂੰ ਹੀ ਸੀ ਜਿਹੜੀ ਉਹਦੇ ਨਾਲ ਘਰੋਂ ਭੱਜਣ ਦੀਆਂ ਗੱਲਾਂ ਕਰਦੀ ਸੀ। ਆਹੋ, ਬਸ ਮੇਰੀਆਂ ਗੱਲਾਂ ਸੁਣ ਲਈਆਂ, ਆਪਣੇ ਕਸੂਰ ਨਾ ਦੇਖਿਓ ਤੁਸੀਂ। ਉਹ ਜੇ ਤੁਸੀਂ ਹੁਣ ਮੰਨੋਗੇ ਨਹੀਂ ਤਾਂ ਵਿਚਾਰੀ ਘਰੋਂ ਹੀ ਭੱਜੂਗੀ। ਬਕਵਾਸ ਬੰਦ ਕਰ ਆਪਣੀ। ਜਿਹੜਾ ਕੁਛ ਤੂੰ ਆਪ ਕੀਤਾ ਉਹੀ ਕੁਛ ਕਰਨ ਨੂੰ ਤੂੰ ਮੇਰੀ ਧੀ ਨੂੰ ਕਹਿਣੀ ਪਈ ਆ? ਹੱਥ ਚੱਕ ਕੇ ਤੁਸੀਂ ਚੰਗਾ ਨਹੀਂ ਕੀਤਾ ਮੰਮੀ ਜੀ। ਅੱਜ ਤੱਕ ਮੇਰੇ ਮਾਂ ਪਿਓ ਨੇ ਮੇਰੇ ਤੇ ਹੱਥ ਨਹੀਂ ਚੱਕਿਆ। ਨਾਲੇ ਗੱਲਾਂ ਸਲਾਣ ਤੋਂ ਪਹਿਲਾਂ ਨਾ ਆਪਣੀ ਪੀੜ੍ਹੀ ਥੱਲੇ ਸੋਟਾ ਮਾਰ ਲਓ। ਭੱਜਣ ਭਜਾਣ ਵਾਲੀ ਰੀਤ ਤੁਹਾਡੇ ਘਰ 'ਚ ਬਹੁਤ ਦੇਰ ਤੋਂ ਚੱਲ ਚੁੱਕੀ ਆ, ਜਿਹੜੀ ਤੁਹਾਡੀ ਨੰਦ 'ਚ ਲਾ ਕੇ ਗਈ ਸੀ। ਜਿਨ੍ਹਾਂ ਦੇ ਘਰ ਆਪਦੇ ਸ਼ੀਸ਼ਿਆਂ ਦੇ ਹੋਣ ਨਾ, ਉਹ ਦੂਜਿਆਂ ਦੇ ਘਰਾਂ 'ਤੇ ਰੋੜੇ ਨਹੀਂ ਮਾਰਦੇ। ਕਹਿਣ ਤੋਂ ਪਹਿਲਾਂ 100 ਵਾਰੀ ਸੋਚ ਲਿਆ ਕਰੋ। ਸ਼ਰਮ ਕਰ ਕੁਛ, ਆਪਣੀ ਸੱਸ ਨੂੰ ਕਿੱਦਾਂ ਬੋਲਦੀ ਆ, ਤੈਨੂੰ ਛੋਟੇ ਵੱਡੇ ਦਾ ਕੋਈ ਲਿਹਾਜ਼ ਨਹੀਂ ਆ। ਵਾਹ, ਆ ਲਿਹਾਜ਼ ਦੀ ਗੱਲ ਦੇਖ ਲੋ ਕੌਣ ਕਰਦਾ ਪਿਆ, ਉਹ ਤੁਹਾਨੂੰ ਆਪ ਨੂੰ ਕਿੰਨਾ ਕੁ ਲਿਹਾਜ਼ ਆ। ਹਲੇ ਪਰਸੋਂ ਦੀ ਗੱਲ ਆ, ਆਪਣੀ ਵੱਡੀ ਜਠਾਣੀ ਨੂੰ ਕਿੱਦਾਂ ਬੋਲਦੇ ਪਏ ਸੀਗੇ, ਅਖੇ ਵੀਰ ਜੀ ਨੇ ਆਹ ਨਹੀਂ ਕੀਤਾ, ਆਹ ਨਹੀਂ ਹੋਣ ਦਿੱਤਾ, ਉਦੋਂ ਤੁਹਾਨੂੰ ਛੋਟੇ ਵੱਡੇ ਦਾ ਲਿਹਾਜ਼ ਨਹੀਂ ਸੀ। ਨਾਲੇ ਇਹ ਸਾਡੇ ਘਰ ਦੀ ਆਪਸ ਦੀ ਗੱਲ ਆ, ਅਸੀਂ ਆਪਸ 'ਚ ਨਿਬੇੜ ਲਾਂਗੇ, ਤੁਸੀਂ ਵਿੱਚ ਆ ਕੇ ਖਾਮਖਾ ਬੋਲਣ ਲੱਗ ਗਏ। ਰੁਕ ਭੈਣੇ, ਤੂੰ ਕਿੱਧਰ ਚੱਲੀ ਆ? ਇਹਦੀਆਂ ਗੱਲਾਂ ਦਾ ਗੁੱਸਾ ਕਰਦੀ ਆ? ਤੈਨੂੰ ਇਹਦੀ ਗੱਲ ਸੁਣਨ ਦੀ ਲੋੜ ਨਹੀਂ। ਕਿਉਂ ਨਹੀਂ ਸੁਣਨ ਦੀ ਲੋੜ, ਮੈਂ ਜਿਹੜਾ ਵੀ ਕੁਛ ਕਿਹਾ ਝੂਠ ਥੋੜੀ ਬੋਲਦੀ ਆ, ਸੱਚ ਹੀ ਬੋਲਿਆ। ਭੈਣੇ ਠੀਕ ਕਹਿੰਦੀ ਆ, ਤੁਹਾਡੀ ਆਪਸ ਦੀ ਗੱਲ ਆ ਘਰ ਦੀ, ਮੈਨੂੰ ਵਿੱਚ ਬੋਲਣਾ ਨਹੀਂ ਚਾਹੀਦਾ, ਮੈਂ ਜਾਂਦੀ ਹਾਂ। ਚਾਚੀ ਜੀ ਰੁਕੋ, ਤੁਸੀਂ ਕਿਤੇ ਨਹੀਂ ਜਾਣਾ। ਭਾਬੀ, ਜਿੱਦਾਂ ਮੇਰੀ ਇਹ ਮਾਂ ਨਾ, ਓਦਾਂ ਹੀ ਮੇਰੀ ਚਾਚੀ ਮਾਂ, ਤੁਹਾਨੂੰ ਇਹਨਾਂ ਨੂੰ ਬੋਲਣ ਦਾ ਕੋਈ ਹੱਕ ਨਹੀਂ। ਸਹੀ ਕਿਹਾ ਮਿੰਦੋ, ਮੈਨੂੰ ਬੋਲਣ ਦਾ ਕੋਈ ਹੱਕ ਨਹੀਂ, ਉਹ ਮੈਨੂੰ ਤਾਂ ਪਹਿਲੇ ਦਿਨ ਤੋਂ ਹੀ ਪਤਾ ਲੱਗ ਗਿਆ ਸੀ ਵੀ ਇਸ ਘਰ 'ਚ ਔਰਤ ਨੂੰ ਹੀ ਬੋਲਣ ਦਾ ਹੱਕ ਨਹੀਂ ਹੈ। ਪਹਿਲਾਂ ਇਹਨਾਂ ਨੇ ਆਪਣੀ ਜ਼ਿੰਦਗੀ ਚੁੱਪ ਚਪੀਤੇ ਕੱਢਤੀ, ਤੇ ਹੁਣ ਤੈਨੂੰ ਤੇ ਮੈਨੂੰ ਵੀ ਚੁੱਪ ਰਹਿਣ ਨੂੰ ਕਹਿੰਦੀਆਂ ਨੇ। ਨਾ ਕਿਹੜੀ ਜ਼ਿੰਦਗੀ ਅਸੀਂ ਚੁੱਪ ਚਪੀਤੇ ਕੱਢੀ ਆ, ਸਾਡੀ ਪਿਛਲੀ ਜ਼ਿੰਦਗੀ ਬਾਰੇ ਤੂੰ ਜਾਣਦੀ ਕੀ ਆ? ਆ ਦੇਖ ਲਾ ਮਿੰਦੋ, ਕਹਿੰਦੇ ਤੂੰ ਪਿਛਲੀ ਜ਼ਿੰਦਗੀ ਬਾਰੇ ਜਾਣਦੀ ਕੀ ਆ, ਉਹ ਪਤਾ ਹੀ ਆ ਸਾਰਾ ਕੁਛ। ਨਾ ਉਹਦੇ ਵੱਲ ਦੇਖ ਦੇਖ ਕੇ ਕੀ ਗੱਲ ਕਰਦੀ ਆ, ਜਿਹੜੀ ਗੱਲ ਕਰਨੀ ਆ ਮੇਰੇ ਨਾਲ ਕਰ, ਮਿੰਦੋ ਵੱਲ ਤਾਂ ਅੱਜ ਤੋਂ ਬਾਅਦ ਤੂੰ ਦੇਖਣਾ ਵੀ ਨਹੀਂ। ਕਿਉਂ, ਹੁਣ ਤੁਹਾਡੇ ਘਰੇ ਵੀ ਰਿਵਾਜ ਹੋ ਗਿਆ ਵੀ ਇੱਕ ਦੂਜੇ ਤੋਂ ਮੂੰਹ ਫੇਰ ਕੇ ਰਹਿਣਾ? ਉਹਦਾ ਹਾਲ ਦੇਖ ਲੋ ਵਿਚਾਰੀ ਦਾ ਕੀ ਹੋਇਆ ਪਿਆ, ਜੇ ਮੈਂ ਵੀ ਉਹ ਤੋਂ ਮੂੰਹ ਫੇਰ ਲਿਆ ਫੇਰ ਇਹਦਾ ਵਿਚਾਰੀ ਦਾ ਕੀ ਹੋਊਗਾ। ਇਹਦੇ ਹਾਲ ਦੀ ਤੈਨੂੰ ਟੈਨਸ਼ਨ ਲੈਣ ਦੀ ਲੋੜ ਨਹੀਂ, ਇਹਦੀ ਚਿੰਤਾ ਕਰਨ ਨੂੰ ਇਹਦੀ ਮਾਂ ਹਜੇ ਜਿਉਂਦੀ ਆ, ਮੈਂ ਇਹਨੂੰ ਆਪਣੀ ਕੁੱਖੋਂ ਜੰਮਿਆ, ਤੇਰੇ ਨਾਲ ਵੱਧ ਫਿਕਰ ਆ ਮੈਨੂੰ ਇਹਦੀ। ਇਹਦੇ ਲਈ ਕੀ ਚੰਗਾ ਤੇ ਕੀ ਮਾੜਾ ਮੈਨੂੰ ਸਾਰਾ ਹੀ ਪਤਾ, ਬਸ ਤੂੰ ਬਖਸ਼ ਦੇ ਇਹਨੂੰ। ਬਖਸ਼ਣ ਨੂੰ ਮੈਂ ਕਹਾਂ ਜ਼ੁਲਮ ਕਰਦੀ ਆ ਉਹਦੇ ਤੇ, ਜ਼ੁਲਮ ਤਾਂ ਤੁਸੀਂ ਕਰਦੇ ਹੋ ਉਹਦੇ ਤੇ ਤੁਸੀਂ।
किसे नू चंगे राह ते पौना कोई जुलम नहीं हुंदा। और जेड़ी गलती तू कीती आ घट्टो घट उस रास्ते इनू तां ना पा। गलती कीती आ हां मैं कीती आ गलती। जिस दिन मेरे मां प्यो मैनू लैण आए सी ना मैनू उहनां दे नाल ही चले जाना चाहीदा सी। इत्थे रह के सब तों वड्डी गलती कीती मैं। जे मैं उदणी चल जांदी ना पता तां तुहानू फेर लगना सी। मिंदो इह तैनू ते मैनू कदे नहीं समझ सकदे ना इह प्यार नू समझ सकदे ने। पर तू फिकर ना करी मैं तेरे नाल हां। ते एक गल ना अपने दिमाग चो कढ दो वी तुसी मैनू इहदे नाल बोलण तों रोक लोगे। ओए तां मैं किवें नहीं रोक सकदी। तू चल अंदर चल अंदर। भैने मैनू ऐ क्यों लगदा कि भूचाल आउण वाला है। और तेनू भी चंगे तरीके ना पता जो भूचाल आउंदा तां घर दे अंदर नहीं जाईदा घर दे बाहर जाईदा है। मेरे कहण दा मतलब तू समझ ही गई होएगी। बिंदो बारे वीर जी नाल गल कर ही लै। मनप्रीत आह सैट देख मैं ते तेरे डैडी ने ना बनवा के रखिया सी रांझे दी बहू वास्ते। उन्हें तो हुण मिंदो नूं पसंद कर लिया ते पता नहीं केड़े वेले रिश्ता पक्का हो जावे। मैं कहनी इहनूं तवा के रख लैने आपां। सैट तां मम्मी सच्ची बहुत सोहणा तुसीं सही कहा। ओ मैं तां आप पहले ही सूट सवा लैनी आ। कई बार मौके ते उही चीज़ मिलदी नहीं चाहे बंदा भालदा। ओ गल तां तूं सही कही आ बस एक वारी मिंदो दे परिवार तों ना हरी झंडी मिल जावे फिर आपां बाजार दे विच दे गेड़े ते गेड़ा शॉपिंग करनी पूरी रज के। ओ मैं थोनू मम्मी पहला कहता मैनू 20-30 हज़ार रुपया वखरा दे रहे हो विच ही मेरा मेकअप दा हो जाना विच ही सूटा दा। ओ 20-30 छड तू 35 लै ली। रांझे दे ब्याह ते तां मैं भी पार्लर तो तैयार होऊंगी। वीरे आ की तरीका वा लिफाफे ऐ सिट्टी रहा ओ भाभी दे सैट ते डिगणा सी। ਆਹ ਕੀ ਵੀਰੇ ਇਹ ਤਾਂ ਉਹੀ ਸੂਟ ਨੇ ਜਿਹੜੇ ਤੁਸੀਂ ਭਾਬੀ ਨੂੰ ਦਿੱਤੇ ਸੀ ਵਾਪਸ ਕਿਉਂ ਲੈ ਕੇ ਆਏ ਹੋ? ਕਿਉਂਕਿ ਉਹ ਵਾਪਸ ਕਰ ਗਈ। ਉਹਦੇ ਘਰਦਿਆਂ ਨੂੰ ਸਾਡੇ ਬਾਰੇ ਪਤਾ ਲੱਗ ਗਿਆ ਇਹਦੇ 'ਚ ਉਹਦਾ ਕੋਈ ਕਸੂਰ ਨਹੀਂ। ਉਹਨੇ ਪਹਿਲਾਂ ਹੀ ਕਿਹਾ ਸੀ ਜੇ ਮੇਰਾ ਪਿਓ ਨਾ ਮੰਨਿਆ ਤਾਂ ਉਹਦੇ ਵੱਲੋਂ ਨਾ ਆਇਆ। ਉਹਦਾ ਪਿਓ ਮੰਨਿਆ ਨਹੀਂ ਉਹਨੇ ਨਾ ਕਰਤੀ। ਨਾ ਨਾ ਪੁੱਤ ਤੂੰ ਐਂ ਕਿਉਂ ਮੂੰਹ ਮਰਜਾਇਆ ਇਹਦੇ ਵਿੱਚ ਸੈਡ ਹੋਣ ਵਾਲੀ ਕਿਹੜੀ ਗੱਲ ਆ। ਉਹ ਜਿੰਨਾ ਕੁ ਮੈਂ ਕੁੜੀ ਨੂੰ ਜਾਣਦੀ ਹਾਂ ਨਾ ਉਹਨੇ ਕਿਸੇ ਮਜਬੂਰੀ 'ਚ ਨਾ ਕੀਤੀ ਹੋਣੀ ਆ। ਪੁੱਤ ਜੇ ਉਹਨੂੰ ਤੂੰ ਪਸੰਦ ਸੀ ਤੇਰੇ ਦਿੱਤੇ ਹੋਏ ਸੂਟ ਤਾਂ ਹੀ ਸਮਾ ਕੇ ਪਾਏ ਨੇ ਉਹਨੇ। ਮੰਮੀ ਕਿਉਂ ਤਸੱਲੀਆਂ ਜਿਹੀਆਂ ਦੇਈ ਜਾਂਦੇ ਹੋ? ਨਾ ਦਾ ਮਤਲਬ ਨਾ ਹੁੰਦਾ ਕੋਰੀ ਨਾ ਤੇ ਮੈਨੂੰ ਨਾ ਕਰਤੀ ਉਹਨੇ। ਪੁੱਤ ਮਨ ਨਾ ਭਰ ਚੰਗੇ ਬੰਦੇ ਨਾਲ ਚੰਗਾ ਹੀ ਹੁੰਦਾ ਹੁੰਦਾ ਖਬਰ ਇਹਦੇ ਵਿੱਚ ਵੀ ਕੋਈ ਤੇਰੀ ਭਲਾਈ ਹੋਵੇ। ਪੁੱਤ ਤੂੰ ਫਿਕਰ ਕਿਉਂ ਕਰਦਾ ਤੈਨੂੰ ਮੈਂ ਉਹਦੇ ਤੋਂ ਵੀ ਵਧੀਆ ਕੁੜੀ ਲੱਭ ਕੇ ਦਊਂਗੀ। ਬੇ ਗੱਲ ਤਾਂ ਸੁਣ ਜਾ ਮੇਰੀ। ਮੰਮੀ ਤੁਸੀਂ ਮਾੜਾ ਸੋਚ ਕੇ ਬੋਲ ਲਿਆ ਕਰੋ। ਉਹ ਵੀਰਾ ਹਜੇ ਮਿੰਦੋ ਦੀ ਯਾਦ ਚੋਂ ਨਿਕਲਿਆ ਨੀ ਤੇ ਤੁਸੀਂ ਕਹਿੰਦੇ ਹੋ ਤੇਰਾ ਦੂਜਾ ਰਿਸ਼ਤਾ ਕਰਾ ਦਿੰਦੀ ਆ ਤੈਨੂੰ ਉਹ ਤੋਂ ਸੋਹਣੀ ਕੁੜੀ ਲੱਭ ਕੇ ਲਿਆ ਕੇ ਦਊ। ਉਹ ਕਹਿੰਦਾ ਵੀ ਮੈਂ ਸਾਬਰਕੋਟੀ ਦਾ ਜਿਹਦੇ ਵਿੱਚ ਤੇਰੀ ਯਾਦ ਪੇਸ਼ ਸੁਣਨਾ ਵਾ ਤੁਸੀਂ ਕਹੇ ਨਾ ਮੈਂ ਬੋਪਾਰਾ ਦਾ ਦੇ ਗੇੜਾ ਲਾ ਦਿੰਦੀ ਹਾਂ। ਮੈਨੂੰ ਬੋਲਣ ਲੱਗ ਗਈ ਉਹਦਾ ਚਿਹਰਾ ਦੇਖਿਆ ਸੀ ਕਿਵੇਂ ਮੁਰਝਾਇਆ ਹੋਇਆ ਸੀ। ਮੇਰੇ ਤੋਂ ਨਹੀਂ ਦੇਖਿਆ ਜਾਂਦਾ ਉਹਨੂੰ ਹੌਸਲਾ ਤਾਂ ਦੇਣਾ ਹੀ ਹੈ। ਆ ਦਿੱਤਾ ਹੌਸਲਾ ਤੁਸੀਂ ਦੇਖ ਲਓ ਵੀਰਾ ਉੱਠ ਕੇ ਬਾਹਰ ਚਲਾ ਗਿਆ। ਹਾਏ ਰੱਬਾ ਹੁਣ ਮੈਂ ਕੀ ਕਰਾਂ। ਤੂੰ ਐਂ ਕਰ ਗੁਰੀ ਨੂੰ ਫੋਨ ਲਾ ਮੈਂ ਉਹਦੇ ਨਾਲ ਗੱਲ ਕਰਦੀ ਹਾਂ। ਕਰਦੀ ਹਾਂ। ਆਜਾ ਆਜਾ ਤੂੰ ਮੈਨੂੰ ਪਹਿਲਾਂ ਦੱਸਦਾ ਆਪਾਂ ਕੋਈ ਪਹਿਲਾਂ ਹੀ ਹੱਲ ਕਰ ਲੈਂਦੇ। ਆਜਾ ਆਜਾ ਧਿਆਨ ਨਾ ਆਇਓ ਆਂਟੀ ਜੀ ਸਟੈਪ ਥੋੜ੍ਹੇ ਉੱਚੇ ਨੇ। ਆਜੋ ਆਜੋ ਆਂਟੀ ਜੀ। ਯਾਰ ਇਹਨਾਂ ਨੂੰ ਕਿੰਨੀ ਵਾਰੀ ਕਿਹਾ ਇੱਥੇ ਗੰਦ ਨਾ ਪਾਇਆ ਕਰੋ। ਉਹ ਤੁਹਾਨੂੰ ਕਿੰਨੀ ਵਾਰੀ ਕਿਹਾ ਇੱਧਰ ਗੰਦ ਨਾ ਪਾਇਆ ਕਰੋ।
आजो आजो बेरे पहला तुसी कमरा देख लो, आ मैं गंद साफ करा दूंगा। ओ बेरे यार इन्ना गंद ते इन्ने दारू दी बोतलां इत्थे असी किद्दां रहांगे? जिवें रहीदा हुंदा यार, हुण जिन्ना मेरे हाथ सी मैं उन्ना कीता। तू कमरे बारे क्या सी, मैं कमरा तैनूं दवाता। तैनूं पता मैं तेरे करके अपने बापू दीआं मेहनतां कीतीआं ने, मैं उन्हां नूं दस्सिआ मेरे दोस्त ने रहिणा तां मन्निआ उह। साहिब पुत तेरे दोस्त ने तेरे लिए इन्ना कुछ कीता, एक सफाई होई आ, कोई ना मैं कर लूंगी। थैंक यू यार, तू मेरे लिए इन्ना कुछ कीता, जे तू ना हुंदा तो साडा बहुत औखा हो जाना सी। ओ चल कोई ना, दोस्त हुंदे कादे वास्ते आ, सुख दुख ली हुंदे आ। होर दस की चाहिदा? चाहिदा कुछ नहीं यार, पर आ जिहड़ा नाल दे कमरे च रहिंदा यार, ए शराब शुरू पींदा। ओ अच्छा, आहा ओ भरावा है, तां तड़के ही पी लैंदा, सारा दिन कमरे सुत्ता पिया रहिंदा, बाहर ही नहीं निकलता, ते इहदी घर वाली बाहर काम करदी आ, सारा घर ही उहदे सिर ते चलदा। पर वीरे यार तू सानू कमरा ही कोई होर देख दे, आ शराबी दे नाल दा कमरा क्यों देना? चल वह भी देख लूंगा यार, पर जिनी देर कमरा नहीं मिलता उन्नी देर तो रह। ठीक है वीरे, पर कमरा जल्दी देख ली। वह भी देख लूंगा यार, तू पहला कमरा तो देख। आ जा देख, आ बिस्तरे पे आ, वह भांडे भुंडे पे आ, जिमें मर्जी वरते तुसी। थैंक यू यार, तू साडे लिए इन्ना समान पहले ही इकट्ठा करके रखे। उपरावा इस समान मैं स्पैशल नहीं रखिया, जिहड़ा इत्थे पहला किराएदार रहिंदा सीगा उन्हें किराया टाइम से नहीं दिता, तो बापू जी ने उन्होंने कमरे चो कड़ता, तो वह समान असी रख लिया। यार नाले एक गल होर, तू किराया टाइम से दे दिया करी, बापू जी ने यह कमरे किराए वास्ते बनाए ने, कोई सेवा वास्ते नहीं। हाँ हाँ भीरे मैं दे दिया करूँगा किराया टाइम से, पर भीरे मेरे तो एडवांस च किराया नहीं दिता जाना। तू भावें 15 दिन बाद दे दी, पर दे जरूर दी। ठीक है भीरे, कोशिश करूँगा। ओए कोशिश कोशिश नहीं, देने तो देने, पर मैनू एक गल दस, तू किराया देगा कितों? वीरे काम करके ही दूंगा, बस जद काम मिल गया तेनू दे दूंगा। आ की गल बनी यार, तेनू काम 2 महीने ना मिले, तू 15 दिन च किराया कितों दे देगा? तेरे काम का जुगाड़ भी मैं ही कर दिना। काम कित्थे वीरे? ओ साडी अपनी फैक्टरी च सानू एक हैल्पर की लोड़ आ, तू उत्थे काम कर ली। अच्छा, पर काम हैगा की है वीरे? काम तो पता चले यार, जेडे साडे बंदे काम करदे आ ਉਹਨਾਂ ਨੂੰ ਬਸ ਸਮਾਨ ਚੱਕ ਕੇ ਫੜਾਉਣਾ ਵਾ, ਤੇ ਜਿਹੜੀ ਚੀਜ਼ ਮੰਗਣਗੇ ਉਹਨਾਂ ਨੂੰ ਲਿਆ ਕੇ ਦੇਣੀ ਆ ਬਸ। ਠੀਕ ਆ ਵੀਰੇ, ਮੈਂ ਕਰ ਲੂੰਗਾ। ਇਹ ਤਾਂ ਕੰਮ ਵਧੀਆ ਹੋ ਗਿਆ, ਜਿਹੜਾ ਤੂੰ ਸਾਨੂੰ ਕਿਰਾਏ ਦੇਣਾ ਉਹੀ ਅਸੀਂ ਤੇਰੀ ਤਨਖਾਹ ਚੋਂ ਕੱਟ ਲਿਆ ਕਰਾਂਗੇ, ਬਾਕੀ ਪੈਸੇ ਤੈਨੂੰ ਦੇ ਦਿਆ ਕਰਾਂਗੇ। ਠੀਕ ਆ ਵੀਰੇ, ਮੈਂ ਕੱਲ੍ਹ ਤੋਂ ਆ ਜੂੰਗਾ। ਪਰ ਪੁੱਤ ਤੇਰੀ ਇੰਜੀਨੀਅਰਿੰਗ ਦਾ ਇਹ ਆਖਰੀ ਸਾਲ ਆ, ਤੇਰੀ ਤਾਂ ਪੜ੍ਹਾਈ ਵੀ ਪੂਰੀ ਨਹੀਂ ਹੋਈ, ਤੇ ਤੂੰ ਹੈਲਪਰ ਹੀ ਕਰੇਂਗਾ? ਮੰਮੀ ਜਿੰਨੀ ਦੇਰ ਇੰਜੀਨੀਅਰਿੰਗ ਪੂਰੀ ਨਹੀਂ ਹੁੰਦੀ, ਡਿਗਰੀ ਹੱਥ ਵਿੱਚ ਨਹੀਂ ਆਉਂਦੀ, ਉਨੀ ਦੇਰ ਕੁਛ ਨਾ ਕੁਛ ਤਾਂ ਕਰਨਾ ਹੀ ਆ। ਮੈਂ ਇੱਦਾਂ ਸਮਝੂਗਾ ਕਿ ਮੇਰਾ ਪ੍ਰੈਕਟੀਕਲ ਚੱਲਦਾ ਪਿਆ, ਵੈਸੇ ਵੀ ਡਿਗਰੀ ਤੋਂ ਬਾਅਦ ਮੈਂ ਫੈਕਟਰੀ 'ਚ ਹੀ ਕੰਮ ਕਰਨਾ, ਨਾਲੇ ਮੈਨੂੰ ਤਜਰਬਾ ਮਿਲ ਜੂਗਾ ਕਿ ਮਾਲਕ ਲੋਕ ਲੇਬਰ ਤੋਂ ਕਿਵੇਂ ਕੰਮ ਕਰਾਉਂਦੇ ਆ। ਚੱਲ ਠੀਕ ਆ ਪੁੱਤ, ਜਿਵੇਂ ਤੇਰੀ ਮਰਜ਼ੀ, ਪਰ ਧਿਆਨ ਨਾਲ ਕੰਮ ਕਰੀ, ਕਿਤੇ ਭਾਰਾ ਸਮਾਨ ਚੱਕਦੇ ਹੋਏ ਸੱਟ ਪੇਟ ਨਾ ਖਾ ਲਈ। ਮੰਮੀ ਜਿਹੜੀ ਸੱਟ ਆਪਾਂ ਖਾ ਕੇ ਆਏ ਆ ਨਾ, ਉਹਦੇ ਸਾਹਮਣੇ ਸਾਰੀਆਂ ਸੱਟਾਂ ਛੋਟੀਆਂ ਨੇ। ਨਾਲੇ ਤੁਸੀਂ ਫਿਕਰ ਨਾ ਕਰੋ, ਤੁਹਾਡਾ ਪੁੱਤ ਹੁਣ ਜੀ ਜਾਨ ਲਾ ਕੇ ਕੰਮ ਕਰੂਗਾ। ਕੌਣ? ਮੈਂ ਆ ਚਾਚਾ ਜੀ, ਆ ਜਾਵਾਂ ਅੰਦਰ? ਆ ਜਾ ਪੁੱਤ, ਉਹ ਤੈਨੂੰ ਕਿੰਨੀ ਵਾਰੀ ਕਿਹਾ, ਉਹ ਦਰਵਾਜ਼ਾ ਤਾਂ ਬੇਗਾਨਿਆਂ ਨੂੰ ਖੜਕਾਉਣ ਦੀ ਲੋੜ ਹੁੰਦੀ ਆ, ਉਹ ਤੂੰ ਤਾਂ ਸਿੱਧਾ ਹੀ ਆ ਜਾਇਆ ਕਰ। ਉਹ ਤਾਂ ਚਾਚਾ ਜੀ ਤੁਹਾਡੇ 'ਤੇ ਮਾਣ ਆ। ਅੱਛਾ ਚਾਚਾ ਜੀ, ਮੈਂ ਨਾ ਬਹੁਤ ਦੇਰ ਤੋਂ ਤੁਹਾਡੇ ਨਾਲ ਇੱਕ ਗੱਲ ਕਰਨਾ ਚਾਹੁੰਦਾ ਸੀਗਾ, ਕਰ ਲਵਾਂ? ਉਹ ਹਾਂ ਹਾਂ ਪੁੱਤ, ਤੂੰ ਇੱਕ ਛੱਡ 100 ਗੱਲਾਂ ਕਰ, ਪਰ ਮੈਨੂੰ ਤੇਰਾ ਮੂੰਹ ਦੇਖ ਕੇ ਐਂ ਲੱਗਦਾ ਜਿਵੇਂ ਤੂੰ ਬਹੁਤ ਟੈਨਸ਼ਨ ਵਿੱਚ ਹੁੰਦਾ। ਚਾਚਾ ਜੀ ਟੈਨਸ਼ਨ ਵਾਲੀ ਗੱਲ ਤਾਂ ਹੈਗੀ ਆ, ਤੁਹਾਨੂੰ ਪਤਾ ਮੈਂ ਭੂਆ ਦੇ ਘਰੇ ਗਿਆ ਸੀ, ਜਦੋਂ ਮੈਂ ਗੇਟ ਖੜਕਾਇਆ ਉੱਥੇ ਭੂਆ ਨਹੀਂ, ਬਾਹਰ ਕੋਈ ਹੋਰ ਹੀ ਆਈ ਸੀ। ਤੁਹਾਨੂੰ ਪਤਾ ਕਿ ਭੂਆ ਕਿੱਥੇ ਗਈ ਆ? ਉਹ ਨਹੀਂ ਯਾਰ, ਮੈਨੂੰ ਤਾਂ ਨਹੀਂ ਪਤਾ, ਉਹ ਕਿਸੇ ਕੰਮ ਗਈ ਹੋਣੀ ਆ। ਚਾਚਾ ਜੀ ਜੇ ਉੱਥੇ ਤਾਲਾ ਲੱਗਿਆ ਹੁੰਦਾ ਫਿਰ ਮੈਂ ਮੰਨ ਲੈਂਦਾ ਕਿ ਭੂਆ ਜੀ ਕਿਤੇ ਕੰਮ ਗਏ ਹੋਏ ਨੇ, ਜਾਂ ਸਾਹਿਬ ਜਾਂ ਫੁੱਫੜ ਜੀ ਬਾਹਰ ਆ ਕੇ ਮੈਨੂੰ ਮਿਲਦੇ ਫਿਰ ਵੀ ਮੈਂ ਮੰਨ ਲੈਂਦਾ ਕਿ ਘਰ ਦੇ ਘਰੇ ਨੇ, ਕੋਈ ਟੈਨਸ਼ਨ ਵਾਲੀ ਗੱਲ ਨਹੀਂ। ਉਹ ਕੋਈ ਤੀਜੀ ਜਨਾਨੀ ਬਾਹਰ ਆ ਕੇ ਮੈਨੂੰ ਕਹਿੰਦੀ ਪਈ ਆ ਕਿ ਪਰਮਿੰਦਰ ਕੌਰ ਤਾਂ ਉਰੇ ਰਹਿੰਦੀ ਕੋਈ ਨਹੀਂ, ਜਦੋਂ ਮੈਂ ਪੁੱਛਿਆ ਮੈਨੂੰ ਭੱਜ ਕੇ ਬੋਲੀ। ਹੁਣ ਦੱਸੋ ਮੈਂ ਟੈਨਸ਼ਨ ਕਿਵੇਂ ਨਾ ਲਵਾਂ? ਉਹ ਇਹ ਕਿਵੇਂ ਹੋ ਸਕਦਾ,
चल कोई ना रुक मैं उन फोन करके देता। चाचा जी थोनू की लगता कि मैं भूआ नू फोन नहीं किते होने? वो घट्टो घट मैं 40 फोन कर ले पर भूआ ने मेरा एक भी फोन नहीं चक्या। फिर मैं साहिब नू फोन लाया साहिब ने भी नहीं मेरा फोन चक्या। फोन क्यों नहीं चकते पे? चल कोई ना तू टेंशन ना ले मैं जाना कल नू पता करदा। वैसे तू भूआ दे करे करन की गया सी? चाचा जी हुण थोड़े तो कादा लको जिहड़ी अपनी जगह वा जिहड़ी भूआ जी दे नाम ते आ मैं उहदे पेपर तैयार करवाए सी ओह थोनू दा टेंशन है नहीं। मैनू तां इह गल दी टेंशन आ ना कि भूआ दे सैन करवाने आ ते उह जगह जिहड़ी आ उह अपने नाम ते करवाउणी आ। बड़ा सियाणा हो गया पुत तू सानू पता ही नहीं लग्या तू एडा वड्डा हो गया। वो कागज भी आपे तैयार करवा ले ते सैन भी करवाउण चला गया। असल विच ना पुत तेरे वांगू सानू कल्लियां जमीन जायदाद का फिक्र नहीं होर भी बहुत फिक्रा ने। वो तेनू जायदाद ते कोठियां का फिक्र है वो तेनू होर कुछ पता है घरे की चलता पिया घरे कड़ी टेंशन चलती पई आ? घर च टेंशन मैं समझा नहीं चाचा जी थोड़ी गल साफ साफ दसो कि तुसी की कहना चाहते हो। हैं वो तेनू सच्ची नहीं पता? सानू तो लग्या कि गगन मिंदो नाल गई है मुंडे नू मिलन वास्ते तेनू पता होगा। चाचा जी किहड़े मुंडे की गल करते हो? गगन ते मिंदो किहड़े मुंडे नू मिलन गई सी? ओही मुंडा जिहदे नाल मिंदो की गल चलती आ। मैनू तेरी चाची ने तेनू दसण तो मना किया सी पर जद कोई अपना गलत करदा ना तो अपना खून तो खौलदा ही आ। देख अमर जे मैं चाहुंदा तो वीरे नाल भी गल कर सकदा सी फिर मैं सोचा वो पहला बच्चे नू समझा के देख लवां। वो पुत मैं तो यह कहूँगा भी घर की इज्जत नू सामभ लो बाद पले कुछ नहीं रहिंदा पले कुछ नहीं रहिंदा।